ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਤਰੇ ਇੱਕ ਹੈ ਨਿਰਗੁਣ ਦੀ ਉਪਾਸ਼ਨਾ ਇੱਕ ਹੈ ਸਰਗੁਣ ਦੀ ਉਪਾਸ਼ਨਾ ਤੋਂ ਜਿਹੜੇ ਮਹਾਪੁਰਸ਼ਾਂ ਨੇ ਬਾਣੀ ਲਿਖੀ ਹੈ ਜਿੰਨੇ ਵੀ ਮਹਾਪੁਰਸ਼ਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਹ ਨਿਰਗੁਣ ਦੇ ਉਪਾਸ਼ਕ ਸਿੱਖਾ ਸਿੱਖੀ ਦਾ ਜਿਹੜਾ ਰੱਬ ਹੈ ਉਹ ਇੱਕ ਵਿਅਕਤੀ ਨਹੀਂ ਹੈ ਉਹ ਇੱਕ ਸ਼ਕਤੀ ਹੈ ਉਹ ਸ਼ਕਤੀ ਇਸ ਬ੍ਰਹਿਮੰਡ ਦੇ ਵਿੱਚ ਵਿਚਰ ਰਹੀ ਹੈ ਸਾਨੂੰ ਦਿਖਾਈ ਨਹੀਂ ਦੇ ਰਹੀ ਜਿਵੇਂ ਕਿ ਜਪਜੀ ਸਾਹਿਬ ਦੇ ਵਿੱਚ ਕਿਹਾ ਗਿਆ ਗੁਰਾ ਇੱਕ ਦੇਹ 부ਝਾਈ ਉਥੇ ਇਹ ਨਹੀਂ ਕਿਹਾ ਕਿ ਗੁਰਾ ਮੈਨੂੰ ਦਿਖਾ ਰੱਬ ਕਿਹੜਾ ਉਥੇ ਕਿਹਾ 부ਝਾ ਮੈਨੂੰ ਸਮਝਾ ਇਹ ਰੱਬ ਜਿਹੜਾ ਹੈ ਸਿੱਖੀ ਦਾ ਜਿਹੜਾ ਰੱਬ ਹੈ ਉਹ ਸਮਝਾਇਆ ਜਾ ਸਕਦਾ ਦਿਖਾਇਆ ਨਹੀਂ ਜਾ ਸਕਦਾ ਕਿਉਂਕਿ ਜੇਕਰ ਭਾਵੇਂ ਮਹਾਪੁਰਸ਼ਾਂ ਨੇ ਬਾਣੀ ਵਿੱਚ ਵੀ ਕੀਤਾ ਪਰ ਇਹ ਮਨ ਦੀ ਬਾਣੀ ਇਸ ਚੀਜ਼ ਨੂੰ ਮੰਨਦੀ ਨਹੀਂ ਵੀ 84 ਲੱਖ ਕੋਈ ਜੂਨ ਆ ਕਿ ਜੂਨਾਂ ਦਾ ਤਾਂ ਕੋਈ ਅੰਤ ਨਹੀਂ ਪਤਾ ਨਹੀਂ ਕਿੰਨਿਆਂ ਕਿ ਹੈ ਕਿੰਨਿਆਂ ਕਿ ਨਹੀਂ ਕੋਈ ਗਿਣ ਨਹੀਂ ਸਕਦਾ ਹੈ ਉਹ ਲੇਕਨ ਸਮਝਾਉਣ ਦੇ ਲਈ ਇਹ ਗੱਲਾਂ ਭਾਰਤੀਆਂ ਕਹਿੀਆਂ ਸਤਿਗੁਰੂ ਉਦਾਸ ਜੀ ਮਹਾਰਾਜ ਅਖੀਰ ਦੇ ਵਿੱਚ ਇਹ ਦੱਸਦੇ ਹਨ ਕਿ ਇਹ ਜੋ ਨਰਕਾਂ ਸਵਰਗਾਂ ਦਾ ਭੈ ਉਹਨਾਂ ਚ ਰਹੀ ਹੈ ਜਿੰਨਾ ਚਿਰ ਅਸੀਂ ਆਕਾਲ ਪੁਰਖ ਵਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਇਹ ਹੋਰ ਹੋਰ ਥਾਮਾਂ ਦੇ ਉੱਤੇ ਤੁਰੇ ਫਿਰਦੇ ਆ ਉਹਨਾਂ ਦੀ ਪੂਜਾ ਕਰਦੇ ਆ ਇਹ ਭੈ ਸਾਡੇ ਅੰਦਰ ਬਣਿਆ ਹੀ ਰਹੂਗਾ ਇਹ ਭੈ ਖਤਮ ਨਹੀਂ ਹੋਣਾ ਹੈ ਇਹ ਭੈ ਤਾਂ ਖਤਮ ਹੋਣਾ ਹੈ ਜੇ ਅਸੀਂ ਉਸ ਆਕਾਲ ਪੁਰਖ ਵਹਿਗੁਰੂ ਪਰਮੇਸ਼ਰ ਜੀ ਨੂੰ ਐਸ਼ ਸ਼ਬਦ ਦੇ ਵਾਰ ਨੌਂ ਵਾਰ ਲਿਖਿਆ ਹੈ ਹਰ ਹਰੀ ਉਹਦੇ ਨਾਲ ਜਿੰਨਾ ਚਿਰ ਅਸੀਂ ਨਹੀਂ ਜੁੜਦੇ ਸਾਡੇ ਅੰਦਰ ਇਹ ਭੈ ਬਣਿਆ ਹੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਰਵਦਾਸ ਜੀ ਜਮਾਲਪੁਰ ਬਾਣਾ ਚੰਡੀਗੜ੍ਹ ਰੋਡ ਵਿਖੇ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦੇ 40 ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ ਸੋ ਅੱਜ ਦਾ ਜੋ ਸ਼ਬਦ ਹੈ ਆਓ ਪਹਿਲਾਂ ਆਪਾਂ ਉਸ ਦਾ ਪਾਠ ਕਰੀਏ ਤੇ ਫਿਰ ਉਹਦੀ ਵਿਚਾਰ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਆਸਾ ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਾ ਤਰੀ ਰਹਾਉ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨੇਮਤ ਨਾਮ ਦੇਉ ਦੂਧ ਪਿਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਜਨ ਰਵਿਦਾਸ ਰਾਮ ਰੰਗ ਰਾਤਾ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਜਨ ਰਵਿਦਾਸ ਰਾਮ ਰੰਗ ਰਾਤਾ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ ਉਹ ਆਪ ਜੀ ਨੇ ਆਸਾ ਰਾਗ ਦੇ ਵਿੱਚ ਸਤਗੁਰੂ ਰਵਦਾਸ ਜੀ ਮਹਾਰਾਜ ਜੀ ਦਾ ਇਹ ਸ਼ਬਦ ਸਰਵਣ ਕੀਤਾ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਇਹਦੀ ਵਿਚਾਰ ਕਰੀਏ ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਰ ਤਰੀ ਰਹਾਉ ਅਸੀਂ ਜਿੰਨੇ ਵੀ ਸ਼ਬਦਾਂ ਦੀ ਵਿਚਾਰ ਕਰਦੇ ਆ ਰਹੇ ਹਾਂ ਸਤਿਗੁਰੂ ਰਵਦਾਸ ਜੀ ਮਹਾਰਾਜ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਜਿਸ ਨੂੰ ਇਸ ਸ਼ਬਦ ਦੇ ਵਿੱਚ ਉਹ ਹਰੀ ਕਹਿ ਰਹੇ ਹਨ ਹਰ 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 ਇਸ ਸ਼ਬਦ ਦੇ ਵਿੱਚ 9 ਵਾਰ ਹਰੀ ਦਾ ਨਾਮ ਆਇਆ ਹੈ। ਤੋਂ ਇਸ ਕਰਕੇ ਸਤਿਗੁਰੂ ਰਬਦਾਸ ਜੀ ਮਹਾਰਾਜ ਜੀ ਨੇ ਕਿਸ ਨੂੰ ਮੰਨਿਆ? ਅਸੀਂ ਇਸ ਚੀਜ਼ ਦਾ ਬਾਰ-ਬਾਰ ਜ਼ਿਕਰ ਕਰ ਰਹੇ ਹਾਂ ਕਿ ਉਹਨਾਂ ਨੇ ਰੱਬ ਤੋਂ ਬਿਨਾਂ ਆਕਾਲ ਪੁਰਖ ਵਹਿਗੁਰੂ ਪਰਮੇਸ਼ਰ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਿਆ ਹੈ। ਹਰ ਸਿਮਰਤ ਜਨ ਗਏ ਨਿਸਤਰ ਤਰੇ ਉਸ ਆਕਾਲ ਪੁਰਖ ਵਹਿਗੁਰੂ ਪਰਮੇਸ਼ਰ ਨੂੰ ਸਿਮਰ ਕੇ ਧਿਆ ਕੇ ਮੰਨ ਕੇ ਜਿਹੜੇ ਨਹੀਂ ਵੀ ਤਰ ਸਕਦੇ ਉਹ ਵੀ ਤਰ ਗਏ ਕਿਉਂਕਿ ਉਸ ਸਮੇਂ ਦੇ ਵਿੱਚ ਜਿਹੜੇ ਇਸ ਦੇਸ਼ ਦੇ ਆਦਿਵਾਸੀ ਮੂਲ ਨਿਵਾਸੀ ਲੋਕ ਸਨ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਉਹਨਾਂ ਨੂੰ ਉਸ ਸਮੇਂ ਦੇ ਪ੍ਰਚਲਿਤ ਧਾਰਮਿਕ ਜੋ ਸਿਸਟਮ ਚੱਲ ਰਿਹਾ ਸੀ ਉਹ ਤੋਂ ਦੂਰ ਰੱਖਿਆ ਜਾਂਦਾ ਸੀਗਾ ਧਰਮ ਦੇ ਵਿੱਚ ਉਹਨਾਂ ਦਾ ਕੋਈ ਦਖਲ ਨਹੀਂ ਸੀਗਾ ਉਹ ਕੇਵਲ ਤੇ ਕੇਵਲ ਜੋ ਤਿੰਨ ਵਰਗ ਉੱਚੇ ਸਨ ਉਹਨਾਂ ਦੀ ਸੇਵਾ ਕਰਨਾ ਉਹਨਾਂ ਦਾ ਧਰਮ ਸੀ ਤੂੰ ਇਸ ਕਰਕੇ ਉਹਨਾਂ ਦੇ ਤਰਨ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਜਿਨ੍ਹਾਂ ਨੂੰ ਧਾਰਮਿਕ ਸਥਾਨਾਂ ਤੇ ਜਾਣ ਦੀ ਇਜਾਜ਼ਤ ਨਹੀਂ ਰੱਬ ਦਾ ਨਾਮ ਲੈਣ ਦੀ ਪੜ੍ਹਨ ਦੀ ਸੁਣਨ ਦੀ ਧਾਰਮਿਕ ਕਥਾਵਾਂ ਤੇ ਜਾ ਕੇ ਮੱਥੇ ਟੇਕਣ ਦੀ ਉਹ ਭਾਸ਼ਣਾ ਕਰਨ ਦੀ ਕੋਈ ਅਜਾਜਤ ਨਹੀਂ ਉਹ ਕਿਵੇਂ ਤਰ ਸਕਦੇ ਸਨ ਤੋਂ ਇਸ ਕਰਕੇ ਸਤਗੁਰੂ ਰੁਦਾਸ ਜੀ ਮਹਾਰਾਜ ਕਹਿੰਦੇ ਨੇ ਵੀ ਉਸ ਸਮੇਂ ਦੇ ਜਿੰਨੇ ਵੀ ਧਰਮ ਚੱਲ ਰਹੇ ਸਨ ਉਹ ਇਹਨਾਂ ਲੋਕਾਂ ਨੂੰ ਲਵੇ ਨਹੀਂ ਲਾਉਂਦੇ ਸਨ ਤਾਂ ਫਿਰ ਉਸ ਸਮੇਂ ਜੋ ਮਹਾਪੁਰਸ਼ ਪੈਦਾ ਹੋਏ ਉਹਨਾਂ ਲਈ ਕੀ ਵਿਕਲਪ ਬਚਿਆ ਉਹਨਾਂ ਨੇ ਕਿਹਾ ਵੀ ਚਲੋ ਵੀ ਤੁਸੀਂ ਇਹ ਆਪਣੇ ਧਰਮ ਰੱਖੋ ਅਸੀਂ ਅਸੀਂ ਨਹੀਂ ਤੁਹਾਨੂੰ ਇਹਨਾਂ ਨੂੰ ਮੰਨਦੇ ਜੇ ਤੁਸੀਂ ਇਹਨਾਂ ਨੂੰ ਸਾਨੂੰ ਨਹੀਂ ਮੰਨਣ ਦਿੰਦੇ ਨਾ ਮੰਨਣ ਦਓ ਇਹ ਤੁਸੀਂ ਆਪਣੇ ਸਾਹਮਣੇ ਕਿਉਂ ਰੱਖੋ ਕਿਉਂਕਿ ਕਬੀਰ ਸਾਹਿਬ ਨੇ ਕਿਹਾ ਹਮਰਾ ਝਗੜਾ ਰਹਾ ਨਾ ਕਉ ਪੰਡਤ ਮੁੱਲਾਂ ਛਾੜੇ ਦੋ ਪੰਡਤ ਮੁੱਲਾਂ ਜੋ ਲਖ ਦੀਆ ਛਾੜ ਚੱਲੇ ਹਮ ਕਛੂ ਨਾ ਲੀਆ ਉਹ ਕਹਿੰਦੇ ਚੱਕੋ ਆਪਣਾ ਸਾਹਮੋ ਸਾਨੂੰ ਲੋੜ ਵੀ ਨਹੀਂ ਇਹਨਾਂ ਦੀ ਤੋਂ ਇਸ ਕਰਕੇ ਜਿਹੜਾ ਹੋਰ ਇਸ ਤੋਂ ਬਾਅਦ ਜਿਹੜਾ ਧਰਮ ਸੀ ਜਿਹਨੂੰ ਅਸੀਂ ਭਗਤੀ ਲਹਿਰ ਸਿੱਖ ਧਰਮ ਵੀ ਕਹਿੰਦੇ ਆ ਇਹ ਉਹਨਾਂ ਨੇ ਖੜੀ ਕੀਤੀ ਉਸ ਸਮੇਂ ਦੇ ਮਹਾਪੁਰਸ਼ਾਂ ਨੇ ਇਹਨਾਂ ਨੇ ਜਦੋਂ ਉਹਨਾਂ ਨੂੰ ਉਹ ਉਹ ਜਿਹੜੇ ਧਰਮ ਉਸ ਸਮੇਂ ਚੱਲ ਰਹੇ ਸਨ ਅਸਲ ਵਿੱਚ ਉਹ ਸੱਚੇ ਧਰਮ ਵੀ ਨਹੀਂ ਸਨ ਸਾਰਾ ਪਖੰਡਾ ਸੀ ਝੂਠ ਸੀਗਾ ਤੇ ਉਹਨਾਂ ਨੂੰ ਛੱਡ ਕੇ ਜਿਸ ਧਰਮ ਦਾ ਜਿਸ ਸਿੱਖ ਧਰਮ ਦਾ ਨਿਰਮਾਣ ਉਸ ਸਮੇਂ ਉਹਨਾਂ ਮਹਾਪੁਰਸ਼ਾਂ ਨੇ ਕੀਤਾ ਉਹਦੇ ਨਾਲ ਲੱਗ ਕੇ ਹਰ ਕੋਈ ਤਰ ਸਕਦਾ ਹੈ ਕਿਉਂਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਹ ਵਰਨਾ ਕੋ ਸਮਝਾ ਇੱਥੇ ਕੋਈ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ ਹੈ ਹਰ ਕੋਈ ਉਸ ਧਰਮ ਨੂੰ ਮੰਨ ਸਕਦਾ ਹੈ ਇਸ ਕਰਕੇ ਸਤਿਗੁਰੂ ਦਾਸ ਜੀ ਮਹਾਰਾਜ ਕਹਿੰਦੇ ਨੇ ਹਰ ਸਿਮਰਤ ਜਨ ਗਏ ਨਿਸਤਰ ਤਰੇ ਜਿਹੜੇ ਬਿਲਕੁਲ ਹੀ ਨਹੀਂ ਤਰ ਸਕਦੇ ਸਨ ਜਿਨ੍ਹਾਂ ਤੇ ਸਖਤ ਪਾਬੰਦੀਆਂ ਲਾ ਦਿੱਤੀਆਂ ਗਈਆਂ ਸਨ ਕਿ ਇਹ ਲੋਕ ਧਾਰਮਿਕ ਥਾਵਾਂ ਤੇ ਨਹੀਂ ਜਾ ਸਕਦੇ ਰੱਬ ਦਾ ਨਾਂ ਨਹੀਂ ਲੈ ਸਕਦੇ ਜੇ ਲੈਂਦੇ ਸੀ ਤਾਂ ਉਹਨਾਂ ਦੀ ਜੀਭਾਂ ਕੱਟ ਦਿੱਤੀਆਂ ਜਾਂਦੀਆਂ ਸੀ ਜੇ ਸੁਣਦੇ ਸੀ ਉਹਨਾਂ ਦੇ ਕੰਨਾਂ 'ਤੇ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਜਿਨ੍ਹਾਂ ਦੀ ਤਰਨ ਦੀ ਬਿਲਕੁਲ ਹੀ ਕੋਈ ਸੰਭਾਵਨਾ ਨਹੀਂ ਸੀ ਸਤਿਗੁਰੂ ਰਬਦਾਸ ਜੀ ਮਹਾਰਾਜ ਕਹਿੰਦੇ ਹਰ ਸਿਮਰਤ ਜਨ ਗਏ ਨਿਸਤਾਰ ਤਰੇ ਜਿਹੜੇ ਨਹੀਂ ਸੀ ਤਰ ਸਕੇ ਉਹ ਵੀ ਤਰ ਗਏ ਤੋਂ ਇਸ ਕਰਕੇ ਸਾਡੇ ਦੇਸ਼ ਦੇ ਵਿੱਚ ਧਰਮ ਦੇ ਖੇਤਰ ਦੇ ਵਿੱਚ ਦੋ ਤਰ੍ਹਾਂ ਦੀਆਂ ਪદ્ધਤੀਆਂ ਚੱਲਦੀਆਂ ਨੇ ਇੱਕ ਹੈ ਨਿਰਗੁਣ ਦੀ ਉਪਾਸ਼ਨਾ ਇੱਕ ਹੈ ਸਰਗੁਣ ਦੀ ਉਪਾਸ਼ਨਾ ਤੋਂ ਜਿਹੜੇ ਮਹਾਪੁਰਸ਼ਾਂ ਨੇ ਬਾਣੀ ਲਿਖੀ ਹੈ ਜਿੰਨੇ ਵੀ ਮਹਾਪੁਰਸ਼ਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਹ ਨਿਰਗੁਣ ਦੇ ਉਪਾਸ਼ਕ ਨੇ ਸਰਗੁਣ ਦੀ ਉਪਾਸ਼ਨਾ ਉਹ ਹੁੰਦੀ ਆ ਜਿਹੜੀ ਸਾਨੂੰ ਦਿਖਾਈ ਦਿੰਦੀ ਆ ਜਿਹੜੀ ਅੱਖ ਨਾਲ ਦਿਖਾਈ ਦਿੰਦੀ ਆ ਜਿਵੇਂ ਕਿ ਡੇਰਿਆਂ ਦੇ ਬਾਬੇ ਨੇ ਹੋਰ ਸਮਾਧਾਂ ਨੇ ਪੀਰਾਂ ਦੀਆਂ ਕਬਰਾਂ ਨੇ ਦੇਵੀਆਂ ਦੀ ਪੂਜਾ ਜਾਂ ਹੋਰ ਸਾਨੂੰ ਸ਼ਬਦਿਆਲੇ ਜਿਹੜੀਆਂ ਦੇਖਣ ਵਾਲੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਪੂਜਾ ਜਾਂ ਜਿਨ੍ਹਾਂ ਨੂੰ ਮੰਨਿਆ ਜਾਂਦਾ ਇਹ ਸਰਗੁਣ ਦੀ ਪੂਜਾ ਹੈ ਸਰਗੁਣ ਦੀ ਇੱਕ ਸਿਸਟਮ ਹੈ ਧਰਮ ਦਾ ਲੇਕਿਨ ਜਿਨ੍ਹਾਂ ਮਹਾਪੁਰਸ਼ਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਹ ਨਿਰਗੁਣ ਨੂੰ ਮੰਨਣ ਵਾਲੇ ਨੇ ਕਿਉਂਕਿ ਉਸ ਸ਼ਕਤੀ ਨੂੰ ਉਸ ਪਾਵਰ ਨੂੰ ਜਿਹੜੀ ਸਾਨੂੰ ਦਿਖਾਈ ਨਹੀਂ ਦਿੰਦੀ ਹੈ ਕਿਉਂਕਿ ਰੱਬ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਇਸ ਕਰਕੇ ਸਿੱਖ ਸਿੱਖੀ ਦਾ ਜਿਹੜਾ ਰੱਬ ਹੈ ਉਹ ਇੱਕ ਵਿਅਕਤੀ ਨਹੀਂ ਹੈ ਉਹ ਇੱਕ ਸ਼ਕਤੀ ਹੈ ਉਹ ਸ਼ਕਤੀ ਇਸ ਬ੍ਰਹਿਮੰਡ ਦੇ ਵਿੱਚ ਵਿਚਰ ਰਹੀ ਹੈ ਸਾਨੂੰ ਦਿਖਾਈ ਨਹੀਂ ਦੇ ਰਹੀ ਕਿਉਂਕਿ ਆਮ ਤੌਰ ਤੇ ਬੰਦਾ ਪੁੱਛਦਾ ਵੀ ਮੈਨੂੰ ਦੱਸੋ ਮੈਂ ਕਿਹਨੂੰ ਮੰਨਾਂ ਮੈਨੂੰ ਦਿਖਾਈ ਤਾਂ ਕੋਈ ਦਿੰਦਾ ਨਹੀਂ ਹੈ ਅਸਲ ਵਿੱਚ ਜੋ ਦਿਖਦਾ ਸਾਡੀਆਂ ਅੱਖਾਂ ਨਾਲ ਇਹ ਨਾਸ਼ਵਾਨ ਹੈ ਇਸ ਵਾਰ ਇਸ ਕਰਕੇ ਜਿਹੜਾ ਰੱਬ ਹੈ ਉਹ ਦਿਖਾਈ ਨਹੀਂ ਦਿੰਦਾ ਅਸੀਂ ਸਬੂਤ ਨਹੀਂ ਦੇ ਸਕਦੇ ਜੇ ਕੋਈ ਪੁੱਛੇ ਵੀ ਦੱਸੋ ਸਾਨੂੰ ਦਿਖਾਓ ਤਾਂ ਸਹੀ ਰੱਬ ਉਦੇ ਲਈ ਅਸੀਂ ਸਮਝਾ ਸਕਦੇ ਹਾਂ ਜਿਵੇਂ ਕਿ ਜਪਜੀ ਸਾਹਿਬ ਦੇ ਵਿੱਚ ਕਿਹਾ ਗਿਆ ਗੁਰਾ ਇੱਕ ਦੇਹ 부ਝਾਈ ਉਥੇ ਇਹ ਨਹੀਂ ਕਿਹਾ ਕਿ ਗੁਰਾ ਮੈਨੂੰ ਦਿਖਾ ਰੱਬ ਕਿਹੜਾ ਉਥੇ ਕਿਹਾ 부ਝਾ ਮੈਨੂੰ ਸਮਝਾ ਇਹ ਰੱਬ ਜਿਹੜਾ ਹੈ ਸਿੱਖੀ ਦਾ ਜਿਹੜਾ ਰੱਬ ਹੈ ਉਹ ਸਮਝਾਇਆ ਜਾ ਸਕਦਾ ਦਿਖਾਇਆ ਨਹੀਂ ਜਾ ਸਕਦਾ ਜਿਵੇਂ ਕਿ ਹਵਾ ਚੱਲਦੀ ਆ ਅਸੀਂ ਹਵਾ ਦੀ ਫੋਟੋ ਨਹੀਂ ਖਿੱਚ ਸਕਦੇ ਹਵਾ ਦਾ ਕੋਈ ਸਰੂਪ ਨਹੀਂ ਜੇ ਕੋਈ ਕਹੇ ਆਪਾਂ ਕਹੀਏ ਵੀ ਹਵਾ ਚੱਲਦੀ ਆ ਦੂਸਰਾ ਕੋ ਦਿਖਾ ਮੈਨੂੰ ਕਿੱਥੇ ਚੱਲਦੀ ਆ ਲੇਕਿਨ ਉਹਨੂੰ ਸਮਝਿਆ ਜਾ ਸਕਦਾ ਕੱਪੜੇ ਹਿਲਦੇ ਦੇਖ ਕੇ ਦਰਖਤ ਹਿਲਦੇ ਜਾਂ ਹੋਰ ਪੱਤੇ ਉੱਡਦੇ ਦੇਖ ਕੇ ਉਹਨੂੰ ਸਮਝਿਆ ਜਾ ਸਕਦਾ ਵੀ ਹਾਂ ਬਈ ਵਾਕਈ ਚੱਲਦੀ ਆ ਹਵਾ ਜਿਵੇਂ ਹੁਣ ਤਾਰਾਂ ਦੇ ਵਿੱਚ ਬਿਜਲੀ ਜਾ ਰਹੀ ਆ ਬਿਜਲੀ ਤੁਸੀਂ ਦੇਖੋ ਉਹੋ ਘਰਾਂ ਦੇ ਵਿੱਚ ਪਹੁੰਚਦੀ ਆ ਉੱਥੇ ਜਾ ਕੇ ਪੱਥੇ ਪੱਖੇ ਚੱਲਦੇ ਨੇ ਕੂਲਰ ਚੱਲਦੇ ਨੇ ਏਸੀ ਚੱਲਦੇ ਨੇ ਬੱਲ ਬਜਗਦੇ ਨੇ ਲੇਕਿਨ ਜਦੋਂ ਉਹ ਤਾਰਾਂ ਦੇ ਵਿੱਚੋਂ ਜਾ ਰਹੀ ਆ ਉਹ ਸਾਨੂੰ ਦਿਖਾਈ ਨਹੀਂ ਦਿੰਦੀ ਲੇਕਿਨ ਹੈ ਜੇ ਕੋਈ ਕਹੇ ਵੀ ਇਹ ਇਹਦੇ ਤਾਰਾਂ ਵਿੱਚ ਕਿੱਥੇ ਆ ਬਿਜਲੀ ਮੈਨੂੰ ਤਾਂ ਦਿਂਦੀ ਨਹੀਂ ਹੈ ਫਿਰ ਉਹਨੂੰ ਇਤਾਂ ਅਸੀਂ ਸਮਝਾ ਸਕਦੇ ਹਾਂ ਵੀ ਨਹੀਂ ਇਹ ਦੇਖ ਘਰਾਂ ਦੇ ਵਿੱਚ ਜਾ ਕੇ ਜਿਹੜੇ ਬੱਲ ਬਜਗ ਰਹੇ ਨੇ ਜਾਂ ਜਿਹੜੀਆਂ ਕੂਲਰ ਪੱਖੇ ਜਾਂ ਜੋ ਵੀ ਕੰਮ ਹੋ ਰਹੇ ਨੇ ਬਿਜਲੀ ਦੇ ਨਾਲ ਮਸ਼ੀਨਾਂ ਚੱਲ ਰਹੀਆਂ ਨੇ ਉਹ ਇਹਦੇ ਨਾਲ ਹੀ ਚੱਲ ਰਹੀਆਂ ਨੇ ਜੇ ਇਹ ਨਾ ਇਹ ਇਹਦੇ ਵਿੱਚ ਨਾ ਹੋਵੇ ਉਹ ਬਿਜਲੀ ਤਾਂ ਉਹ ਸਾਰਾ ਸਿਸਟਮ ਬੰਦ ਹੋ ਜਾਊਗਾ ਜੇ ਉਹਨੇ ਹੋਰ ਵੀ ਜ਼ਿਆਦਾ ਤਸੱਲੀ ਕਰਨੀ ਹੋਵੇ ਤਾਂ ਹੱਥ ਲਾ ਕੇ ਦੇਖ ਸਕਦਾ ਹੈ ਛੋ ਇਸੇ ਕਰਕੇ ਇਨ੍ਹਾਂ ਮਹਾਪੁਰਸ਼ਾਂ ਦਾ ਜਿਹੜਾ ਰੱਬ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਇਹ ਨਿਰਗੁਣ ਹੈ ਔਰ ਇਹ ਇਹ ਇੱਕ ਸ਼ਕਤੀ ਹੈ ਇੱਕ ਪਾਵਰ ਹੈ ਜਿਹੜੀ ਬ੍ਰਹਿਮੰਡ ਦੇ ਵਿੱਚ ਵਿਚਰ ਰਹੀ ਹੈ ਜਿਸ ਦੇ ਕਾਰਨ ਇਹ ਸਾਰਾ ਜੋ ਸਾਨੂੰ ਸ੍ਰਿਸ਼ਟੀ ਦਿਖਾ ਰਹੀ ਦਿਖ ਰਹੀ ਹੈ ਇਹ ਉਹਦੇ ਕਾਰਨ ਖੜੀ ਹੈ ਕਿਉਂਕਿ ਘਟ ਘਟ ਰਹੋ ਸਮਾਈ ਰਹੇ ਹਰ ਬੰਦੇ ਦੇ ਵਿੱਚ ਹੈ ਹਰ ਜੀਵ ਦੇ ਵਿੱਚ ਹੈ ਹਰ ਜੰਤੂ ਦੇ ਵਿੱਚ ਹੈ ਜੇ ਉਹ ਨਾ ਹੋਵੇ ਤਾਂ ਕਹਾਣੀ ਖਤਮ ਹੈ ਇਸ ਕਰਕੇ ਇੱਥੇ ਵੀ ਜਦੋਂ ਇਸ ਦੇਸ਼ ਦੇ ਜਿਨ੍ਹਾਂ ਨੂੰ ਸ਼ੁੱਧਰ ਕਿਹਾ ਜਾਂਦਾ ਸੀ ਲੋਕਾਂ ਨੂੰ ਧਰਮ ਦੇ ਤੋਂ ਦੂਰ ਕਰ ਦਿੱਤਾ ਗਿਆ ਤਾਂ ਉਹਨਾਂ ਨੇ ਕਿਹਾ ਵੀ ਲਓ ਠੀਕ ਆ ਤੁਸੀਂ ਜੇ ਸਾਨੂੰ ਕਿਸੇ ਨੂੰ ਨਹੀਂ ਮੰਨਣ ਦਿੰਦੇ ਤਾਂ ਅਸੀਂ ਰੱਬ ਨੂੰ ਤਾਂ ਮੰਨ ਸਕਦੇ ਹਾਂ ਕਿਉਂਕਿ ਰੱਬ ਤਾਂ ਕਿਤੇ ਕੈਦ ਨਹੀਂ ਹੈਗਾ ਤੁਸੀਂ ਉਹਨੂੰ ਕਿਤੇ ਮੰਦਿਰ ਚ ਨਹੀਂ ਕੈਦ ਕਰ ਸਕਦੇ ਤੁਸੀਂ ਮਸਜਿਦ ਚ ਨਹੀਂ ਕੈਦ ਕਰ ਸਕਦੇ ਗੁਰਦੁਆਰੇ ਚ ਨਹੀਂ ਕੈਦ ਕਰ ਸਕਦੇ ਕਿਤੇ ਵੀ ਕੈਦ ਨਹੀਂ ਕਰ ਸਕਦੇ ਉਹ ਤਾਂ ਆਜ਼ਾਦ ਹੈ ਉਹ ਤਾਂ ਹਰ ਜਗ੍ਹਾ ਹੈ ਉਹ ਤਾਂ ਗਰੀਬ ਦੀ ਕੁੱਲੀ ਦੇ ਵਿੱਚ ਵੀ ਬੈਠਾ ਵਾ ਉਹ ਉਹ ਹਰ ਇੱਕ ਗਰੀਬ ਦੇ ਘਰ ਵਿੱਚ ਹੈ ਅਮੀਰ ਦੇ ਵੀ ਹੈ ਉਹ ਹਰ ਜਗ੍ਹਾ ਜੈ ਜੈ ਜਾऊं ਤहां ਤੇਰੀ ਸੇਵਾ ਤੁਮਸੋ ਉਠਾਕਰ ਔਰ ਨਾ ਦੇਵਾ ਤੁਮਰੇ ਭਜਨ ਕਟੇ ਜਮ ਫਾਸਾ ਭਗਤ ਹੇਤ ਗਾਵੇ ਅਰਬਦਾਸਾ ਉਹ ਤਾਂ ਉੱਥੇ ਵੀ ਹੈ ਜਿੱਥੇ ਵੀ ਮੈਂ ਜਾਣਾ ਉਹ ਹਰ ਜਗ੍ਹਾ ਮੌਜੂਦ ਹੈ ਉਹਨੂੰ ਮੰਨਣੋਂ ਤਾਂ ਨਹੀਂ ਤੁਸੀਂ ਹਟਾ ਸਕਦੇ ਉਹਨੂੰ ਤਾਂ ਅਸੀਂ ਮੰਨ ਹੀ ਸਕਦੇ ਹਾਂ ਕਿਉਂਕਿ ਸਤਗੁਰੂ ਬਦਾਸ ਜੀ ਮਹਾਰਾਜ ਜੀ ਨੇ ਕਿਹਾ ਕਾਰਬ ਉਦਾਸ ਹੱਥ ਪੈ ਨੇਰੇ ਸਹਿਜੇ ਹੋਏ ਸੂ ਹੋਈ ਉਹ ਜਿਹੜਾ ਮੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਆ ਜਿਹੜਾ ਮੇਰੇ ਅੰਦਰ ਬੈਠਾ ਉੱਥੋਂ ਤਾਂ ਮੈਨੂੰ ਰੋਕ ਨਹੀਂ ਸਕਦੇ ਹੈਗੇ ਤੁਸੀਂ ਤੋ ਇਸ ਕਰਕੇ ਇਹ ਜਿਹੜਾ ਸਰਬ ਸੰਜੀ ਵਾਲਤਾ ਦਾ ਰੱਬ ਹੈ ਪ੍ਰਮਾਤਮਾ ਹੈ ਜਿਸ ਨੂੰ ਸਿੱਖੀ ਮੰਦੀ ਹੈ ਉਹਦੀ ਗੱਲ ਇਸ ਸ਼ਬਦ ਦੇ ਵਿੱਚ ਗਈ ਹੈ ਕਿ ਉਹਨੂੰ ਮੰਨ ਕੇ ਤਾਂ ਜਿਹੜੇ ਨਹੀਂ ਵੀ ਤਰ ਸਕਦੇ ਸੀ ਉਹ ਵੀ ਤਰ ਗਏ ਹਰ ਸਿਮਰਤ ਜਨ ਗਏ ਨਿਸਤਾਰ ਤਰੇ ਰਹਾਓ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਇਹ ਹਰੀ ਦਾ ਨਾਮ ਹੀ ਸੀ ਜਿਸ ਨੂੰ ਮੰਨ ਕੇ ਕਬੀਰ ਦੁਨੀਆ ਦੇ ਵਿੱਚ ਉੱਗਾ ਹੋ ਗਿਆ ਮਸ਼ਹੂਰ ਹੋ ਗਿਆ ਕਿਉਂਕਿ ਅਸਲ ਵਿੱਚ ਆਪਾਂ ਚਾਹਤ ਮਾਰੀਏ ਕਿ ਜਿਹੜੀ ਨਿਰਗੁਣ ਦੀ ਉਪਾਸ਼ਨਾ ਜੋ ਨਿਰਗੁਣੀ ਧਰਮ ਹੈ ਹਰ ਕਾ ਨਾਮ ਪਰਮੇਸ਼ਰ ਦਾ ਨਾਮ ਉਹਦਾ ਗਿਆਨ ਉਹਦੀ ਸਿੱਖਿਆ ਇਹ ਇਹ ਜਿਹੜਾ ਧਰਮ ਹੈ ਹਰ ਹਰੀ ਹਰ ਕਾ ਨਾਮ ਜਿਹਨੂੰ ਕਿਹਾ ਗਿਆ ਕਬੀਰ ਉਹ ਜਾਗਰ ਹੋ ਗਿਆ ਸਾਰੀ ਦੁਨੀਆ ਦੇ ਵਿੱਚ ਅੱਜ ਕਬੀਰ ਦਾ ਡੰਕਾ ਵੱਜਦਾ ਉਹਦੇ ਨਾਮ ਦਾ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਲੋਕ ਕਬੀਰ ਦਾ ਨਾਮ ਸੁਣਦੇ ਨੇ ਉਹਦੇ ਦੋਹੇ ਸਾਰੇ ਦੇਸ਼ ਦੇ ਵਿੱਚ ਗਾਏ ਜਾਂਦੇ ਨੇ ਪਰ ਉਹ ਸੀਗਾ ਨਹੀਂ ਮੀ ਜਾਤ ਵਿੱਚੋਂ ਸ਼ੂਦਰ ਜਾਤ ਵਿੱਚੋਂ ਜਿਹਦੇ ਤਰਨ ਦੀ ਕੋਈ ਸੰਭਾਵਨਾ ਹੀ ਨਹੀਂ ਸੀ ਲੇਕਿਨ ਉਹ ਵੀ ਤਰ ਗਿਆ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਮ ਦੇ ਲੜ ਲੱਗ ਕੇ ਹਰ ਕੇ ਨਾਮ ਕਬੀਰ ਅਜਾਗਰ ਤੁਸੀਂ ਧਿਆਨ ਦੇਵੋ ਕਿ ਐਸ ਸਮਾਜ ਦੇ ਵਿੱਚ ਨੀਵੇਂ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਨੇ ਚੌਥੇ ਪੌੜੇ ਦਾ ਦਰਜਾ ਦਿੱਤਾ ਹੋਇਆ ਸੀ ਅੱਜ ਜੇ ਉਹਨਾਂ ਦੇ ਨਾਮ ਨੇ ਜੇ ਉਹਨਾਂ ਨੇ ਅਕਾਲ ਪੁਰਖ ਬਹਿਗੁਰੂ ਪਰਮੇਸ਼ਰ ਦੇ ਜਿਨ੍ਹਾਂ ਨੇ ਦੀ ਆਰਾਧਨਾ ਕੀਤੀ ਜਿਨ੍ਹਾਂ ਨੇ ਉਸ ਨਿਰਗੁਣ ਦੀ ਉਪਾਸ਼ਨਾ ਕੀਤੀ ਜਿਹੜਾ ਦੇਖਿਆ ਨਹੀਂ ਜਾ ਸਕਦਾ ਜਿਹਦਾ ਕੋਈ ਆਕਾਰ ਨਹੀਂ ਹੈ ਸਰੂਪ ਨਹੀਂ ਹੈ ਜਦੀ ਫੋਟੋ ਨਹੀਂ ਖਿੱਚੀ ਜਾ ਸਕਦੀ ਜਿਨ੍ਹਾਂ ਨੇ ਵੀ ਉਹਦੀ ਉਹਨੂੰ ਮੰਨਿਆ ਉਹਨਾਂ ਦੇ ਨਾਮ ਅੱਜ ਦੁਨੀਆ ਵਿੱਚ ਚਮਕਦੇ ਨੇ ਰਵਿਦਾਸ ਜੀ ਨੇ ਮੰਨਿਆ ਕਬੀਰ ਜੀ ਨੇ ਮੰਨਿਆ ਨਾਮਦੇਵ ਨੇ ਛਿੰਬੇ ਨੇ ਜਿੰਨੇ ਵੀ ਜਿਨ੍ਹਾਂ ਨੀਵੀਂ ਜਾਤਾਂ ਦੇ ਵਿੱਚੋਂ ਤਰਨ ਦੀ ਜਿਨ੍ਹਾਂ ਦੀ ਸੁਭਾਵਨਾ ਸੀ ਜਿਨ੍ਹਾਂ ਨੇ ਮੰਨਿਆ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠ ਕੇ ਜੁਗੋ ਜੁਗ ਟੱਲ ਹੋ ਗਏ ਜਿੰਨਾ ਚਿਰ ਚੰਦ ਸੂਰਜ ਤਾਰੇ ਰਹਿਣਗੇ ਉਨਾਂ ਚਿਰ ਇਹਨਾਂ ਮਹਾਪੁਰਸ਼ਾਂ ਦਾ ਨਾਮ ਰਹੂਗਾ ਲੇਕਿਨ ਦੂਏ ਪਾਸੇ ਜਿਨ੍ਹਾਂ ਨੇ ਸਰਗੁਣ ਨੂੰ ਮੰਨਿਆ ਉਹਨਾਂ ਦਾ ਕਿਸੇ ਦਾ ਇੱਕ ਵੀ ਇਤਿਹਾਸ ਦੇ ਵਿੱਚ ਨਾਮ ਦੱਸ ਦੋ ਇੱਕ ਵੀ ਜਿਹੜੇ ਦੂਏ ਪਾਸੇ ਤੁਰੇ ਫਿਰਦੇ ਨੇ ਨਾ ਇੱਕ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਕੇ ਜਿਹੜੇ ਹੋਰ ਪਾਸੇ ਤੁਰੇ ਫਿਰਦੇ ਨੇ ਉਹਨਾਂ ਵਿੱਚੋਂ ਇਤਿਹਾਸ ਫਰੋਲ ਕੇ ਦੇਖ ਲੋ ਕੋਈ ਇੱਕ ਦਾ ਵੀ ਨਾ ਉਹ ਇਤਿਹਾਸ ਦੇ ਵਿੱਚ ਆਉਂਦਾ ਹੋਵੇ ਲੇਕਿਨ ਜਿਹੜੇ ਇੱਧਰ ਜੁੜ ਗਏ ਉਹਨਾਂ ਦੇ ਨਾਮ ਧਰੂ ਤਾਰੇ ਵਾਂਗੂ ਚਮਕ ਰਹੇ ਨੇ ਕਬੀਰ ਦਾ ਨਾਮ ਚਮਕ ਰਿਹਾ ਹਰਕੇ ਨਾਮ ਕਬੀਰ ਉਜਾਗਰ ਰਵਿਦਾਸ ਦਾ ਨਾਮ ਚਮਕ ਰਿਹਾ ਨਾਮਦੇਵ ਦਾ ਛਿੰਬੇ ਦਾ ਫਿਰ ਸਿੱਖੀ ਲਹਿਰ ਦੇ ਵਿੱਚ ਜਾ ਕੇ ਦੇਖੋ ਇਹ ਇਹ ਨਿਵੇਂਆਂ ਕੌਮਾਂ ਦੇ ਵਿੱਚੋਂ ਬਾਬਾ ਜੀਵਨ ਸਿੰਘ ਬਾਬਾ ਸੰਗਤ ਸਿੰਘ ਧੀਰ ਸਿੰਘ ਵੀਰ ਸਿੰਘ ਹੋਰ ਹੋਰ ਕਿੰਨੇ ਨੌ ਨੇ ਜਿਨ੍ਹਾਂ ਨੂੰ ਮੌਕਾ ਮਿਲਿਆ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਉਸ ਨਿਰਗੁਣ ਦੀ ਉਪਾਸ਼ਨਾ ਕੀਤੀ ਉਹ ਅੱਜ ਉਹਨਾਂ ਦੇ ਇਤਿਹਾਸ ਦੇ ਵਿੱਚ ਨੌ ਚਮਕਦੇ ਨੇ ਤੇ ਜਿਹੜੇ ਸਾਡੇ ਆ ਦੂਜਾ ਲਾਣਾ ਵਾ ਤੁਰਿਆ ਫਿਰਦਾ ਕੋਈ ਕਿਤੇ ਮੱਥੇ ਟੇਕਦਾ ਕੋਈ ਕਿਤੇ ਟੇਕ ਇੱਕ ਦਾ ਵੀ ਨਾ ਦੱਸ ਦੋ ਜੇ ਇਤਿਹਾਸ ਦੇ ਵਿੱਚ ਹੋਵੇ ਉਹਨਾਂ ਦਾ ਤੋਂ ਇਸ ਕਰਕੇ ਇਹ ਜੋ ਹਰ ਦਾ ਨਾਮ ਹੈ ਜਿਹਦੀ ਗੱਲ ਸਤਿਗੁਰੂ ਰੁਦਾਸ ਜੀ ਮਹਾਰਾਜ ਕਰ ਰਹੇ ਨੇ ਹਰ ਕੇ ਨਾਮ ਹਰ ਸਿਮਰਤ ਜਨ ਗਏ ਨਿਸਤਰ ਤਰੇ ਰਹਾਓ ਹਰ ਕੇ ਨਾਮ ਕਬੀਰ ਅਜਾਗਰ ਜਨਮ ਜਨਮ ਕੇ ਕਾਟੇ ਕਾਗਰ ਸਭ ਤੋਂ ਪਹਿਲਾਂ ਜਿਹਦੀ ਮਿਸਾਲ ਦਿੱਤੀ ਹੈ ਸਤਿਗੁਰੂ ਰੁਦਾਸ ਜੀ ਨੇ ਸਬਦ ਦੇ ਵਿੱਚ ਉਸ ਕਬੀਰ ਦੀ ਦਿੱਤੀ ਆ ਉਸ ਗਰੀਬ ਜਲਾਹੇ ਦੀ ਮਿਸਾਲ ਦਿੱਤੀ ਆ ਜਿਹੜੇ ਤਰ ਹੀ ਨਹੀਂ ਸਕਦੇ ਜਿਨ੍ਹਾਂ ਨੂੰ ਬਿਲਕੁਲ ਹੀ ਧਰਮ ਦੇ ਖੇਤਰ ਤੋਂ ਦੂਰ ਰੱਖਿਆ ਗਿਆ ਸੀ ਉਹ ਇਸ ਧਰਮ ਦੇ ਵਿੱਚ ਆ ਕੇ ਜੋ ਜਿਹਨੂੰ ਅਸੀਂ ਸਿੱਖੀ ਧਰਮ ਕਹਿੰਦੇ ਆ ਜੋ ਇੱਕ ਆਕਾਲ ਪੁਰਖ ਵਹਿਗੁਰੂ ਪਰਮੇਸ਼ਰ ਨੂੰ ਮੰਨਣ ਦੀ ਗੱਲ ਕਰਦਾ ਹੈ ਇਹਦੇ ਵਿੱਚ ਆ ਕੇ ਕਬੀਰ ਵਰਗਾ ਉਹ ਬੰਦਾ ਵੀ ਤਰ ਗਿਆ ਉਹ ਮਨੁੱਖ ਵੀ ਤਰ ਗਿਆ ਜਿਹਦੇ ਤਰਨ ਦੀ ਕੋਈ ਸੁਭਾਵਨਾ ਨਹੀਂ ਸੀ ਹਰ ਕੇ ਨਾਮ ਕਬੀਰ ਉਹ ਜਾਗਰ ਜਨਮ ਜਨਮ ਕੇ ਕਾਟੇ ਕਾਗਰ ਇਸ ਲਹਿਰ ਦੇ ਵਿੱਚ ਆ ਕੇ ਇਸ ਵਿਚਾਰ ਧਾਰਾ ਦੇ ਵਿੱਚ ਆ ਕੇ ਜਿਹੜੇ ਪਿਛਲੇ ਵੀ ਜਨਮਾਂ ਜਮੰਤਰਾਂ ਦੇ ਕੋਈ ਉਹਦੇ ਲੇਖੇ ਲਿਖੇ ਹੋਏ ਸਨ ਕਹਿੰਦੇ ਨਾ ਬਚਿਤ ਸਰਗੁਪਤ ਲੇਖੇ ਲਿਖਦੇ ਨੇ ਸਤਗੁਰੂ ਅਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਉਹ ਸਾਰੇ ਹੀ ਪਾੜ ਦਿੱਤੇ ਗਏ ਬਈ ਖਤਮ ਅਭੀ ਤੋ ਅੱਗੇ ਪਿੱਛੇ ਤੂੰ ਕੀ ਕੀਤਾ ਚੰਗੇ ਕੰਮ ਕੀਤੇ ਆ ਕਿ ਮਾੜੇ ਕੀਤੇ ਆ ਛੱਡ ਇਸ ਕਹਾਣੀ ਨੂੰ ਉਹ ਕਾਗਜ਼ ਇੱਥੇ ਆ ਕੇ ਫਟ ਜਾਂਦੇ ਨੇ ਇਸ ਧਰਮ ਦੇ ਵਿੱਚ ਆ ਕੇ ਜੋ ਸਿੱਖੀ ਧਰਮ ਹੈ ਜੋ ਇੱਕ ਆਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਦਾ ਨਾਮ ਦੇ ਨਾਲ ਜੁੜਿਆ ਹੋਇਆ ਧਰਮ ਹੈ ਇਸ ਲਹਿਰ ਦੇ ਵਿੱਚ ਆ ਕੇ ਇਸ ਧਰਮ ਦੇ ਵਿੱਚ ਆ ਕੇ ਕਬੀਰ ਵਰਗਿਆਂ ਦੇ ਜੋ ਗਰੀਬ ਜਲਾਹੇ शूद्र ਜਾਤ ਵਿੱਚ ਵੀ ਪੈਦਾ ਹੋਏ ਉਹਨਾਂ ਦੇ ਵੀ ਜੋ ਪਿਛਲੇ ਜਿਹੜੇ ਕਾਗਜ਼ ਸੀਗੇ ਲੇਖੇ ਸਭ ਮਿਟ ਗਏ ਜਨਮ ਜਨਮ ਕੇ ਕਾਟੇ ਕਾਗਰ ਫਿਰ ਅਗਲਾ ਜਿਹੜਾ ਹੈ ਨਾਮ ਦੇ ਉਹਦਾ ਜ਼ਿਕਰ ਕਰਦੇ ਨੇ ਨਿਮਤ ਨਾਮ ਦਿਓ ਦੁੱਧ ਪੀ ਆਇਆ ਪਿਆਇਆ ਨਹੀਂ ਇੱਥੇ ਇੱਥੇ ਪੀ ਆਇਆ ਲਿਖਿਆ ਵਾ ਕਿਉਂਕਿ ਨਾਮਦੇਵ ਦੇ ਨਾਲ ਇੱਕ ਕਹਾਣੀ ਪ੍ਰਚਲਿਤ ਆ ਕਿ ਉਹਨਾਂ ਨੇ ਮੋਈ ਹੋਈ ਗਊ ਜਿਉਂਦੀ ਕਰਤੀ ਅਸਲ ਵਿੱਚ ਜਦੋਂ ਆਪਾਂ ਨਾਮਦੇਵ ਜੀ ਦੇ ਸ਼ਬਦਾਂ ਦੀ ਵਿਚਾਰ ਕਰਾਂਗੇ ਉੱਥੇ ਇਹ ਗੱਲ ਸਮਝਾਵਾਂਗੇ ਕਿ ਉਹ ਗਊ ਕਿਹਨੂੰ ਕਿਹਾ ਗਿਆ ਉੱਥੇ ਉਹ ਗਊ ਅਸਲ ਵਿੱਚ ਕੀ ਸੀ ਕਿਹੜੀ ਜਿਉਂਦੀ ਕੀਤੀ ਸੀ ਕਿਨੂੰ ਗਊ ਕਿਹਾ ਉੱਥੇ ਇਹ ਪ੍ਰਚਾਰ ਕਰਦੇ ਨਾ ਵੀ ਗਊ ਇਹ ਗਊ ਇਹ ਗਊ ਦੀ ਨਹੀਂ ਗੱਲ ਕੀਤੀ ਗਈ ਉਹ ਬੁੱਧੀ ਦੀ ਰੂਪੀ ਗਊ ਦੀ ਗੱਲ ਕੀਤੀ ਗਈ ਆ ਕਿਉਂਕਿ ਇੱਥੇ ਪਿਆਇਆ ਨਹੀਂ ਇਹ ਪਿਆ ਆ ਪੜਦੇ ਨੇ ਪਿਆ ਆ ਆ ਬਈ ਨਾਮਦੇਵ ਨੇ ਦੁੱਧ ਪਿਆ ਤਾ ਰਾਜੇ ਨੂੰ ਨਹੀਂ ਇੱਥੇ ਪੀ ਆ ਆ ਆਪ ਪੀ ਕੇ ਆਇਆ ਉਹ ਤੋ ਇਸ ਕਰਕੇ ਨਿਮਤ ਨਾਮ ਦਿਓ ਦੁੱਧ ਪੀ ਆਇਆ ਤੋ ਜਗ ਜਨਮ ਸੰਕਟ ਨਹੀਂ ਆਇਆ ਉਸ ਵਿਚਾਰਧਾਰਾ ਦੇ ਨਾਲ ਇਹ ਜੁੜ ਕੇ ਹੀ ਨਿਮਤ ਉਸ ਵਿਚਾਰਧਾਰਾ ਦੇ ਨਾਲ ਜੁੜ ਕੇ ਹੀ ਨਾਮਦੇਵ ਜਿਹੜਾ ਕਿ ਨੀਵੀਂ ਜਾਤ ਦਾ ਸੀ ਸ਼ੂਦਰ ਜਾਤ ਦਾ ਸੀ ਉਹ ਵੀ ਇੰਨਾ ਮਸ਼ਹੂਰ ਹੋ ਗਿਆ ਕਿ ਮੁੜ ਕੇ ਉਹ ਆ ਜਿਹੜਾ 83 ਲੱਖ ਜੂਨ ਦਾ ਗੇੜ ਹੈ ਜਿਹੜਾ ਕਿ ਇਹ ਦੱਸਦੇ ਨੇ ਕਥਾ ਤਤ ਜਿਹੜੇ ਮਨੁਬਾਦੀ ਜਿਹੜਾ ਬ੍ਰਾਹਮਣਵਾਦੀ ਕਲਚਰ ਆ ਜਿਹੜਾ 83 ਲੱਖ ਜੂਨਾਂ ਦਾ ਜ਼ਿਕਰ ਕਰਦਾ ਇਹ ਕਿਉਂਕਿ ਜਿਕਰ ਭਾਵੇਂ ਮਹਾਪੁਰਸ਼ਾਂ ਨੇ ਬਾਣੀ ਵਿੱਚ ਵੀ ਕੀਤਾ ਪਰ ਇਹ ਮੰਨ ਦੇ ਬਾਣੀ ਇਸ ਚੀਜ਼ ਨੂੰ ਮੰਨਦੀ ਨਹੀਂ ਵੀ 83 ਲੱਖ ਕੋਈ ਜੂਨ ਆ ਕਿ ਜੂਨਾਂ ਦਾ ਤਾਂ ਕੋਈ ਅੰਤ ਨਹੀਂ ਪਤਾ ਨਹੀਂ ਕਿੰਨੀਆਂ ਕਿ ਹੈ ਕਿੰਨੀਆਂ ਕਿ ਨਹੀਂ ਕੋਈ ਗਿਣ ਨਹੀਂ ਸਕਦਾ ਹੈ ਉਹ ਉਹ ਲੇਕਨ ਸਮਝਾਉਣ ਦੇ ਲਈ ਇਹ ਗੱਲਾਂ ਬਾਰਤੀਆਂ ਗਈਆਂ ਨੇ ਸਾਨੂੰ ਤਾਉ ਜਗ ਜਨਮ ਸੰਕਟ ਨਹੀਂ ਆਇਆ ਤੋ ਉਹ ਆ ਜਿਹੜਾ ਜਨਮਾ ਜਨਮਾਂ ਦੇ ਵਿੱਚ ਆਪਾਂ ਸੰਕਟ ਵਿੱਚ ਪਏ ਆ ਕਦੇ ਹੁਣ ਆਪਾਂ ਮਨੁੱਖਾ ਜੂਨ ਦੇ ਵਿੱਚ ਹੈ ਫਿਰ ਅਗਲਾ ਜਨਮ ਪਤਾ ਨਹੀਂ ਸਾਡਾ ਕੁੱਤੇ ਬਿੱਲੇ ਪਤਾ ਨਹੀਂ ਕਈ ਦਾ ਬਾਂਦਰ ਜਾਂ ਸੱਪ ਪਤਾ ਪਤਾ ਨਹੀਂ ਕਾਦਾ ਬਣ ਜਾਣਾ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ ਤੋ ਪਿਛੋਂ ਅਸੀਂ ਪਤਾ ਨਹੀਂ ਕੀ ਕੀ ਬਣ ਕੇ ਆਏ ਆ ਕਹਿੰਦੇ ਨੇ ਵੀ ਆ ਅਖੀਰ ਤੇ ਜਿਹੜਾ ਜਨਮ ਆਉਂਦਾ ਉਹ ਮਨੁੱਖਾ ਜਨਮ ਆਉਂਦਾ 84 ਲੱਖ ਜੀਨ ਜੂਨ ਭੁਕਤ ਦੇ ਭੁਕਦੇ ਉਹਦੇ ਵਿੱਚੋਂ ਲੰਘਦੇ ਹੋਏ ਅਸੀਂ ਐਸ ਜੂਨ ਦੇ ਵਿੱਚ ਆਉਨੇ ਆ ਜਿਹਨੂੰ ਅਸੀਂ ਮਨੁੱਖਾ ਜੂਨ ਕਹਿੰਦੇ ਆ ਤੋਂ ਪਿੱਛੇ ਅਸੀਂ ਪਤਾ ਨਹੀਂ ਕਿੰਨਿਆਂ ਕ ਜੂਨਾ ਭੋਕ ਕੇ ਆਏ ਆ ਤੇ ਐਸ ਜੋ ਆ ਜੂਨ ਅਸੀਂ ਹੰਡਾ ਰਹੇ ਆ ਜੇ ਕਰੇ ਇਥੋਂ ਵੀ ਅਸੀਂ ਖੁੰਝ ਗਏ ਤਾਂ ਫਿਰ ਉਸੇ ਚੱਕਰ 'ਚ ਫਿਰ ਸਾਨੂੰ ਪੈਣਾ ਪਊਗਾ। ਤੋਂ ਇਸ ਕਰਕੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇੱਕ ਐਸੇ ਹੀ ਜੂਨ ਦੇ ਵਿੱਚ ਅਫਸਰ ਹੈ ਮੌਕਾ ਹੈ ਉਸ ਗੋਬਿੰਦ ਨੂੰ ਉਸ ਆਕਾਲ ਪੁਰਖ ਵਹਿਗੁਰੂ ਪਰਮੇਸ਼ਰ ਨੂੰ ਮਿਲਣ ਦਾ ਜਿਸ ਨੂੰ ਐਸ਼ ਸ਼ਬਦ ਦੇ ਵਿੱਚ ਸਤਿਗੁਰੂ ਦਾਸ ਜੀ ਮਹਾਰਾਜ ਜੀ ਨੇ ਹਰੀ ਕਿਹਾ ਹੈ। ਹਰ ਸਿਮਰਤ ਜਨ ਗਏ ਨਿਸਤਰ ਤਰੇ ਤੋਂ ਇਸ ਕਰਕੇ ਜਿਹੜਾ ਨਾਮ ਦੇ ਵਰਗਾ ਵੀ ਨੀਵੀਂ ਜਾਤ ਦੇ ਵਿੱਚ ਪੈਦਾ ਹੋਇਆ ਸੀ ਉਹ ਵੀ ਉਸ ਅਕਾਲ ਪੁਰਖ ਵਹਿਗੂ ਪਰਮੇਸ਼ਰ ਨੂੰ ਧਿਆ ਕੇ ਉਹਨੂੰ ਮੰਨ ਕੇ ਆਹ ਜਨਮਾਂ ਜਨਮਾਂ ਦੇ ਜਿਹੜੇ ਪਏ ਹੋਏ ਨੇ ਚੱਕਰ ਕਿਸੇ ਉਸ ਜੁਨ ਤੇ ਕਿਸੇ ਸਾਨੂੰ ਉਸ ਜੁਨ ਤੇ ਪੈਣਾ ਪਿਆ ਕਿਉਂਕਿ ਇਹ ਜਿਹੜਾ ਚੱਕਰ ਹੈ ਜੇਕਰ ਪਿਛਲੀ ਫਿਲਮ ਤੁਹਾਨੂੰ ਦਿਖਾ ਦਿੱਤੀ ਜਾਵੇ ਬੰਦੇ ਨੂੰ ਜਿੱਥੋਂ-ਜਿੱਥੋਂ ਅਸੀਂ ਆਏ ਹਾਂ ਲੰਘ ਕੇ ਜੇ ਉਹਦੀ ਕੋਈ ਫਿਲਮ ਬਣ ਜਵੇ ਜੀ ਉਹ ਫਿਲਮ ਉਸ ਬੰਦੇ ਨੂੰ ਦਿਖਾ ਦਿੱਤੀ ਜਾਵੇ ਆ ਦੇਖ ਵੀ ਤੂੰ ਕਿਵੇਂ ਕਿਵੇਂ ਜੰਗਲਾਂ ਦੇ ਵਿੱਚ ਵੀ ਰਹਿੰਦਾ ਸੀ ਘੁਰਨਿਆਂ ਦੇ ਵਿੱਚ ਰਹਿੰਦਾ ਸੀ ਤੂੰ ਸੱਪ ਵੀ ਬਣਿਆ ਤੂੰ ਬਿੱਲਾ ਬਘਿਆੜ ਕੀ ਕੀ ਨਹੀਂ ਬਣਿਆ ਤਾਂ ਜਦੋਂ ਉਹ ਆਪਣੀ ਫਿਲਮ ਦੇਖ ਲੂਗਾ ਕੰਨਾਂ ਨੂੰ ਹੱਥ ਲਾ ਲੂ ਕੇ ਏ ਆਕਾਰਪੁਰਖ ਵਹਿਗਰੂ ਪਰਮੇਸ਼ਰ ਮੈਨੂੰ ਕੱਢ ਇਸ ਚੱਕਰ ਚੱਕਰ ਦੇ ਵਿੱਚੋਂ ਜਿੰਨੀ ਛੇਤੀ ਤੂੰ ਮੈਨੂੰ ਕੱਢ ਸਕਦਾ ਹੈ ਕੱਢ ਮਨੁੱਖਾ ਜੂਨ ਦਾ ਮੈਨੂੰ ਇਹ ਮੌਕਾ ਮਿਲਿਆ ਤਾਂ ਹੁਣ ਮੈਨੂੰ ਉਹ ਜਿਹੜੇ ਪਿਛਲੇ ਮੈਂ ਭੋਗਦਾ ਆਇਆ ਉਹਨਾਂ ਦੀ ਜੇ ਫਿਲਮ ਦਿਖਾ ਦਿੱਤੀ ਜਾਵੇ ਨਾ ਤੁਸੀਂ ਦੇਖੋ ਡਿਸਕਵਰੀ ਡਿਸਕਵਰੀ ਚੈਨਲ ਦੇਖੋ ਟੀਵੀ ਦੇ ਉੱਤੇ ਉੱਥੇ ਪਤਾ ਲੱਗਦਾ ਵੀ ਅਸੀਂ ਉਹ ਸਾਰਾ ਕੁਝ ਭੋਗ ਕੇ ਆਏ ਆ ਜੋ ਕੁਛ ਉਹ ਦਿਖਾਉਂਦੇ ਨੇ ਟੀਵੀ ਚੈਨਲ ਦੇ ਉੱਤੇ ਡਿਸਕਵਰੀ ਦੇ ਵਿੱਚ ਜਦੋਂ ਅਸੀਂ ਉਹ ਆਪਣੀਆਂ ਅੱਖਾਂ ਨਾਲ ਦੇਖ ਲਵਾਂਗੇ ਅਸੀਂ ਹੱਥ ਜੋੜਾਂਗੇ ਅਕਾਲ ਪੁਰਖ ਵਹਿਗੂ ਪਰਮੇਸ਼ਰ ਅੱਗੇ ਕਿ ਅਕਾਲ ਪੁਰਖ ਵਹਿਗੂ ਪਰਮੇਸ਼ਰ ਆਹ ਗੇੜ ਦੇ ਵਿੱਚੋਂ ਸਾਨੂੰ ਕੱਢ ਦੇ ਇਸ ਕਰਕੇ ਇਸ ਸਬਦੇ ਵਿੱਚ ਵੀ ਸਤਿਗੁਰੂ ਬਦਾ ਸਾਹਿਬ ਜੀ ਕਹਿੰਦੇ ਨੇ ਤਉ ਜਗ ਜਨਮ ਸੰਕਟ ਨਹੀਂ ਆਇਆ ਉਹ ਜਨਮ ਜਨ ਬਾਰ ਬਾਰ ਜਨਮ ਲੈਣ ਦਾ ਜਿਹੜਾ ਚੱਕਰ ਸੀ ਜਿਹੜੇ ਸੰਕਟ ਸੀਗੇ ਪਏ ਹੋਏ ਉਹ ਉਹਦੇ ਖਤਮ ਹੋ ਗਏ ਕਿਉਂਕਿ ਹੁਣ ਉਹ ਉਹਨੇ ਹਰੀ ਨੂੰ ਮੰਨਿਆ ਤੇ ਹਰੀ ਨੂੰ ਮੰਨ ਕੇ ਉਹਦਾ ਹੀ ਰੂਪ ਹੋ ਗਿਆ ਜੈਸਾ ਸੇਵੇ ਤੈਸੋ ਹੋਇ ਉਹਨੇ ਆਪਣਾ ਇਹ ਜਿਹੜਾ ਇਹ ਜਿਹੜਾ ਪਿਆਸ ਹੈ ਗੇੜ 84 ਦਾ ਉਹ ਖਤਮ ਕਰ ਲਿਆ ਨਿਮਤ ਨਾਮ ਦੇ ਉਹ ਦੁੱਧ ਪਿਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਜਨ ਰਵਿਦਾਸ RAM ਰੰਗ ਰਾਤਾ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਤੋ ਅਖੀਰ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਇਸ ਸਬਦ ਦੇ ਵਿੱਚ ਕਹਿੰਦੇ ਹਨ ਕਿ ਮੈਂ ਰਵਿਦਾਸ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦਾ ਸੇਵਕ ਉਹਦੇ ਰੰਗ ਵਿੱਚ ਰੰਗਿਆ ਗਿਆ ਹਾਂ ਜਨ ਰਵਿਦਾਸ RAM ਰੰਗ ਰਾਤਾ ਇਹ ਰੰਗ ਦੇ ਵਿੱਚ ਰੰਗਣਾ ਕੀ ਆ ਇਹ ਕੋਈ ਇਹ ਨਹੀਂ ਵੀ ਉਹਨੂੰ ਕੋਈ ਨੀਲਾ ਪੀਲਾ ਕਾਲਾ ਜਾਂ ਕੋਈ ਰੰਗ ਚੜ ਜਾਣਾ ਸਰੀਰ ਨੂੰ ਜਾਂ ਕੱਪੜਿਆਂ ਨੂੰ ਇਹ ਰੰਗ ਗਿਆਨ ਰੂਪੀ ਰੰਗ ਉਹਦੀ ਉਹਦਾ ਦਿੱਤੇ ਹੋ ਉਪਦੇਸ਼ ਦਾ ਰੰਗ ਉਹਦੀ ਵਿਚਾਰਤਾ ਦਾ ਦਾ ਰੰਗ ਉਹਦੀ ਸਿੱਖਿਆ ਦਾ ਰੰਗ ਆ ਇਹ ਜਿਹੜਾ ਸਾਡੇ ਮਨ ਦੇ ਉੱਤੇ ਚੜਨਾ ਜਨ ਰਵਿਦਾਸ RAM ਰੰਗ ਰਾਤਾ ਤੇ ਹੁਣ ਸਤਿਗੁਰੂ ਰਬਦਾਸ ਜੀ ਮਹਾਰਾਜ ਜੀ ਕਹਿੰਦੇ ਹਨ ਕਿ ਮੈਂ ਉਸ ਅਕਾਲ ਪੁਰਖ ਵਹਿਗੁਰੂ ਦਾ ਸੇਵਕ ਉਹਦੇ ਉਹਦੇ ਗਿਆਨ ਗਿਆਨ ਉਹਦਾ ਉਹਦੀ ਸਿੱਖਿਆ ਉਹਦਾ ਉਪਦੇਸ਼ ਮੇਰੇ ਮਨ ਦੇ ਵਿੱਚ ਬਸ ਗਿਆ ਹੈ ਮੈਂ ਉਹ ਆਪਣੇ ਮਨ ਨੂੰ ਉਹਦੇ ਗਿਆਨ ਦੇ ਨਾਲ ਰੰਗ ਲਿਆ ਹੈ ਜਨ ਰਬਦਾਸ RAM RANG RATA ਇਉ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਤੋ ਉਸ ਰੰਗ ਦੇ ਵਿੱਚ ਰੰਗੇ ਹੋਣ ਕਰਕੇ ਮੈਂ ਉਸ ਅਕਾਲ ਪੁਰਖ ਵਹਿਗੁਰੂ ਨੂੰ ਪਰਮੇਸ਼ਰ ਨੂੰ ਮੰਨਦਾ ਹਾਂ ਇਸ ਕਰਕੇ ਹੁਣ ਮੈਂ ਆ ਜਿਹੜੇ ਨਰਕਾਂ ਸਵਰਗਾਂ ਦੇ ਚੱਕਰ ਵਿੱਚ ਨਹੀਂ ਪਊਂਗਾ ਜਨ ਰਵਦਾਸ RAM ਰੰਗ ਰਤਾ ਇਉ ਗੁਰਪ੍ਰਸਾਦ ਨਰਕ ਨਹੀਂ ਜਾਂਦਾ ਤੋ ਇਸ ਕਰਕੇ ਇਸੇ ਕਰਕੇ ਇਹਨਾਂ ਮਹਾਪੁਰਸ਼ਾਂ ਨੇ ਕਿਹਾ ਕਿ ਸੁਰਗ ਬਾਸ ਨਾ ਬਾਸੀਏ ਡਰੀਏ ਨਾ ਨਰਕ ਨਵਾਸ ਉਨਾ ਹੈ ਸੋ ਹੋਈ ਹੈ ਮਨੇ ਨਾ ਕੀਤੇ ਆਸ ਕਬੀਰ ਸਾਹਿਬ ਨੇ ਕਿਹਾ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਉਰਾਦੇ ਅਸੀਂ ਜੋ ਸੰਤ ਸੰਤ ਹਾਂ ਜੋ ਅਕਾਲ ਪੁਰਖ ਵਹਿਗੁਰੂ ਨੂੰ ਮੰਨਣ ਵਾਲੇ ਲੋਕ ਹਾਂ ਅਸੀਂ ਨਹੀਂ ਮੰਨਦੇ ਕਿ ਨਰਕ ਹੁੰਦਾ ਕਿ ਸੁਰਗ ਹੁੰਦਾ ਕਿਆ ਨਰਕ ਕਿਆ ਸੁਰਗ ਵਿਚਾਰਾ ਕਿਉਂਕਿ ਨਰਕ ਸੁਰਗ ਦੀ ਜਿਹੜੀ ਵਿਚਾਰਤਾਰਾ ਇਹ ਸਿੱਖੀ ਦੀ ਵਿਚਾਰਤਾਰਾ ਨਹੀਂ ਹੈ ਇਹ ਬ੍ਰਾਹਮਣ ਵਾਂਧੀ ਵਿਚਾਰਤਾਰਾ ਹੈ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਨਰਕਾਂ ਸਵਰਗਾਂ ਦੇ ਡਰ ਪਾ ਕੇ ਉਹਨਾਂ ਦਾ ਭੈ ਦੇ ਕੇ 84 ਲੱਖ ਜੂਨਾ ਦਾ ਭੈ ਦੇ ਦੇ ਕੇ ਆਪਣੀ ਪੂਜਾ ਕਰਾਈ ਜਿਹੜੇ ਲੋਕ ਬ੍ਰਾਹਮਣਵਾਦੀ ਲੋਕਾਂ ਨੂੰ ਪੂਜਦੇ ਸੀ ਜੋ ਅੱਜ ਵੀ ਪੂਜਦੇ ਆ ਡੇਰੇ ਵਾਲੇ ਬਾਬਿਆਂ ਜਾਂ ਹੋਰਨਾਂ ਨੂੰ ਇਹ ਸਾਰੀ ਦੀ ਸਾਰੀ ਜਿਹੜੀ ਪੂਜਾ ਡਰ ਵਿੱਚੋਂ ਨਿਕਲੀ ਹੋਈ ਆ ਭੌ ਦੇ ਵਿੱਚੋਂ ਭੈ ਦੇ ਵਿੱਚੋਂ ਨਿਕਲੀ ਹੋਈ ਆ ਤੋਂ ਇਸ ਕਰਕੇ ਐਦਾਂ ਦੇ ਡਰਾਬੇ ਦੇ ਦੇ ਕੇ ਉਹ ਆਪਣੀ ਪੂਜਾ ਕਰਾਉਂਦੇ ਰਹੇ ਲੇਕਿਨ ਇੰਨਾ ਮਹਾਪੁਰਸ਼ਾਂ ਨੇ ਵੀ ਡਰਾਬੇ ਦਿੱਤੇ ਨਰਕਾਂ ਸੁਰਗਾਂ ਦੇ ਦਿੱਤੇ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹਨਾਂ ਨੇ ਆਪਣੀ ਪੂਜਾ ਨਹੀਂ ਕਰਾਈ ਇਹ ਡਰਾਬੇ ਦੇ ਕੇ ਉਹਨਾਂ ਨੇ ਸਿੱਧਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਿਆ ਹੈ ਲੋਕਾਂ ਨੂੰ ਆਪਣੇ ਨਾਲ ਨਹੀਂ ਜੋੜਿਆ ਹੈ ਇਸ ਕਰਕੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਵੀ ਕਹਿੰਦੇ ਨੇ ਜਨ ਰਵਿਦਾਸ RAM ਰੰਗ ਰਾਤਾ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਤਾਂ ਇਸ ਕਰਕੇ ਮੈਨੂੰ ਹੁਣ ਜਿਹੜਾ ਨਰਕਾਂ ਸਵਰਗਾਂ ਦਾ ਕੋਈ ਭੈ ਨਹੀਂ ਰਿਹਾ ਹੈ ਮੈਨੂੰ ਕੋਈ ਡਰ ਨਹੀਂ ਰਿਹਾ ਹੈ ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਕੀ ਹੈ ਗੁਰੂ ਦਾ ਗਿਆਨ ਗੁਰੂ ਦੀ ਸਿੱਖਿਆ ਗੁਰੂ ਦਾ ਉਪਦੇਸ਼ ਇਹ ਗੁਰੂ ਦੀ ਕਿਰਪਾ ਹੈ ਉਹਦੇ ਕਾਰਨ ਮੇਰੇ ਵਿੱਚੋਂ ਉਹ ਨਰਕਾਂ ਸਵਰਗਾਂ ਦੇ ਜਿਹੜੇ ਭੈ ਮੇਰੇ ਪਾਏ ਗਏ ਸਨ ਇਹਨਾਂ ਬ੍ਰਾਹਮਣਵਾਦੀ ਸੋਚ ਨੇ ਉਹ ਹੁਣ ਬਿਲਕੁਲ ਹੀ ਉਹ ਮੇਰੇ ਮਨ ਦੇ ਵਿੱਚੋਂ ਖਤਮ ਹੋ ਚੁੱਕੇ ਹਨ ਤੇ ਹੁਣ ਮੈਂ ਇਨਾ ਚੱਕਰਾਂ ਦੇ ਵਿੱਚ ਨਹੀਂ ਪੈਂਦਾ ਹਾਂ ਜਨ ਰਵਿਦਾਸ RAM ਰੰਗਰਾਤਾ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਤੋਂ ਇਸ ਕਰਕੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਅਖੀਰ ਦੇ ਵਿੱਚ ਇਹ ਦੱਸਦੇ ਹਨ ਕਿ ਇਹ ਜੋ ਨਰਕਾਂ ਸਵਰਗਾਂ ਦਾ ਭੈ ਉਹਨਾਂ ਚ ਰਹੀ ਹੈ ਜਿੰਨਾ ਚਿਰ ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਇਹ ਹੋਰ ਹੋਰ ਥਾਵਾਂ ਦੇ ਉੱਤੇ ਤੁਰੇ ਫਿਰਦੇ ਹਾਂ ਉਹਨਾਂ ਦੀ ਪੂਜਾ ਕਰਦੇ ਹਾਂ ਇਹ ਪੈ ਸਾਡੇ ਅੰਦਰ ਬਣਿਆ ਹੀ ਰਹੂਗਾ ਇਹ ਪੈ ਖਤਮ ਨਹੀਂ ਹੋਣਾ ਹੈ ਇਹ ਪੈ ਤਾਂ ਖਤਮ ਹੋਣਾ ਹੈ ਜੇ ਅਸੀਂ ਉਸ ਆਕਾਲ ਪੁਰਖ ਬਹਿਗੁਰੂ ਪਰਮੇਸ਼ਰ ਜੀ ਨੂੰ ਐਸ਼ ਸ਼ਬਦ ਦੇ ਵਾਰ ਨਾਉ ਵਾਰ ਲਿਖਿਆ ਹੈ ਹਰ ਹਰੀ ਉਹਦੇ ਨਾਲ ਜਿੰਨਾ ਚਿਰ ਅਸੀਂ ਨਹੀਂ ਜੁੜਦੇ ਸਾਡੇ ਅੰਦਰ ਇਹ ਪੈ ਬਣਿਆ ਹੀ ਰਹੂਗਾ ਲੇਕਿਨ ਸਤਿਗੁਰੂ ਦਾ ਜੀ ਮਹਾਰਾਜ ਕਹਿੰਦੇ ਨੇ ਮੈਂ ਉਹਦੇ ਰੰਗ ਵਿੱਚ ਰੰਗਿਆ ਗਿਆ ਹਾਂ ਮੈਂ ਪੂਰੀ ਤਰ੍ਹਾਂ ਉਸ ਅਕਾਲ ਪੁਰਖ ਵਹਿਰੂ ਦੀ ਪਰਮੇਸ਼ਰ ਦੀ ਜਿਹੜੀ ਵਿਚਾਰਧਾਰਾ ਉਹਨੂੰ ਅਪਣਾ ਲਿਆ ਹੈ ਇਸ ਕਰਕੇ ਹੁਣ ਉਹਦੀ ਜਿਹੜੀ ਵਿਚਾਰਧਾਰਾ ਉਹਦੇ ਗਿਆਨ ਉਹਦੇ ਉਪਦੇਸ਼ ਉਹਦੀ ਸਿੱਖਿਆ ਦੇ ਕਾਰਨ ਹੁਣ ਮੈਂ ਕਿਸੇ ਨਰਕ ਵਿੱਚ ਨਹੀਂ ਜਾਵਾਂਗਾ ਜਾਂ ਇਹੋ ਜਿਹਾ ਦੁੱਖ ਤਕਲੀਫ ਮੈਨੂੰ ਕੋਈ ਨਹੀਂ ਸਹਿਣੀ ਪਊਗੀ ਤੋਂ ਅਖੀਰ ਦੇ ਵਿੱਚ ਸਤਿਗੁਰੂ ਪਦਾਹ ਜੀ ਮਹਾਰਾਜ ਦੇ ਸ਼ਬਦ ਦੀ ਵਿਆਖਿਆ ਕਰਦੇ ਹੋਏ ਵਿਚਾਰ ਕਰਦੇ ਹੋਏ ਕਿਸੇ ਪ੍ਰਕਾਰ ਦੀ ਭੁੱਲ ਚੁੱਕੀ ਹੋਵੇ ਭੁੱਲਾਂ ਚੁੱਕਾਂ ਦੀ ਮਾਫੀ ਚਾਹੁੰਦਾ ਹੋਇਆ ਮੈਂ ਰਜਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ